ਫੈਕਟਰੀ ਦੀ ਭੇਟ ਚੜ੍ਹੇ ਸਾਡੇ ਨੌਜਵਾਨ ਰਾਜਵੀਰ ਸਿੰਘ ਗਿੱਲ ਦੇ ਸ਼ਰਧਾਂਜਲੀ ਸਮਾਗਮ ਮੌਕੇ ਇਕੱਤਰ ਹੋਈ ਸੰਗਤ ਪਹਿਲਾਂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਦੋਂ ਸਾਡਾ ਜਥਾ ਅੱਜ ਮੇਰੀ ਅਗਵਾਈ ਦੇ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਇੱਥੇ ਸ਼ਾਮਿਲ ਹੋਇਆ ਪੰਡਾਲ ਦੇ ਵਿੱਚ, ਤਾਂ ਸਟੇਜ ਵੱਲੋਂ ਉਹਦਾ ਸਨਮਾਨ ਕਰਦੇ ਹਾਂ। ਇੱਕ ਹੋਰ ਗੱਲ ਕਹੀ ਸੀ ਵੀ ਅਸੀਂ ਇਹ ਜਥਾ ਸ਼ਾਮਿਲ ਹੋਇਆ ਇਹਦਾ ਸਨਮਾਨ ਕਰਦੇ ਹਾਂ। ਮੈਂ ਸਾਰੇ ਪੰਡਾਲ ਨੂੰ ਹੀ ਦੱਸ ਦੇਣਾ ਚਾਹੁੰਦੇ ਹਾਂ ਵੀ ਸਾਡਾ ਜਥਾ ਅੱਜ ਪਹਿਲੇ ਦਿਨ ਹੀ ਨਹੀਂ, 24 ਜੁਲਾਈ ਨੂੰ ਜਿਸ ਦਿਨ ਬਾਬਾ ਦੁਨੀ ਚੰਦ ਮਹੀਆਂ ਵਾਲੇ ਦੇ ਸਥਾਨ ਤੋਂ ਇਸ ਆਗਾਜ਼ ਹੋਇਆ ਸੀਗਾ ਇਸ ਮੋਰਚੇ ਦਾ, ਅੰਦੋਲਨ ਦਾ ਸਹੁੰ ਖਾ ਕੇ ਆਗਾਜ਼ ਹੋਇਆ ਸੀ ਵੀ ਅਸੀਂ ਤੇਰੇ ਸ਼ਰਧਾਲੂ ਕਹਾਉਣ ਦੇ ਹੱਕਦਾਰ ਨਹੀਂ ਹੋਵਾਂਗੇ ਜੇ ਅਸੀਂ ਫੈਕਟਰੀ ਬੰਦ ਕਰਾਉਣ ਤੋਂ ਪਿੱਛੇ ਕੋਈ ਗੱਲ ਮੰਨ ਕੇ ਆ ਗਏ। ਸਾਡਾ ਜਥਾ ਬਲਦੇਵ ਸਿੰਘ ਦੀ ਜੀਰੇ ਦੀ ਅਗਵਾਈ ਦੇ ਵਿੱਚ ਉਸ ਸਹੁੰ ਚੁੱਕ ਪੜਨ ਦੇ ਵਿੱਚ ਵੀ ਸ਼ਾਮਿਲ ਸੀ ਅਤੇ ਉਦੋਂ ਤੱਕ ਸ਼ਾਮਿਲ ਰਹੂਗਾ ਜਦੋਂ ਤੱਕ ਸਰਕਾਰ ਵੱਲੋਂ ਐਲਾਨ ਨਹੀਂ ਹੋ ਜਾਂਦਾ ਇਹਨੂੰ ਫੈਕਟਰੀ ਨੂੰ ਬੰਦ ਕਰਨ ਦਾ। ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ, ਇਹ ਜਿਹੜੀ ਸਾਂਝਾ ਜੀਰਾ ਮੋਰਚਾ ਕਮੇਟੀ ਹੈ ਜਿਹੜੀ ਇਸ ਮੋਰਚੇ ਦਾ ਸੰਚਾਲਨ ਕਰ ਰਹੀ ਹੈ, ਮੈਂ ਉਹਨੂੰ ਵਧਾਈ ਦੇਣਾ ਚਾਹੁੰਦਾ, ਉਹਦੀ ਪ੍ਰਸ਼ੰਸਾ ਕਰਨਾ ਚਾਹੁੰਦਾ ਬਈ 5.5 ਮਹੀਨਿਆਂ ਦੇ ਲਗਭਗ ਸਮਾਂ ਹੋ ਗਿਆ ਇਸ ਮੋਰਚੇ ਨੇ ਬਹੁਤ ਹੀ ਔਖੀਆਂ ਘਾਟੀਆਂ ਵਿੱਚੋਂ ਦੀ ਲੰਘ ਕੇ ਅੱਜ ਵਾਲੀ ਸਟੇਜ 'ਤੇ ਆਇਆ। ਬਹੁਤ ਹੀ ਔਖੀਆਂ ਹਵਾਵਾਂ ਇਹਨਾਂ ਨੇ ਮੋਰਚਾ ਕਮੇਟੀ ਨੇ ਅਤੇ ਇੱਥੋਂ ਇਲਾਕੇ ਦੇ ਨੇ ਲੋਕਾਂ ਨੇ ਝੱਲੀਆਂ ਨੇ, ਪਰ ਉਹ ਸਾਰੀਆਂ ਔਖੀਆਂ ਘਾਟੀਆਂ ਵਿੱਚ ਤੋਂ ਲੰਘ ਕੇ ਮੋਰਚੇ ਨੂੰ ਇੱਥੇ ਪਹੁੰਚਾ ਕੇ ਆਪਣੇ ਇਮਤਿਹਾਨ 'ਚ ਸਫਲ ਹੋਏ ਆ ਵੀ ਉਹ ਕਾਬਲ ਹੈ ਮੋਰਚੇ ਦੀ ਅਗਵਾਈ ਕਰਨ ਦੇ। ਸੋ ਉਹਦੀ ਕਾਬਲੀਅਤ ਨੂੰ ਮੈਂ ਪ੍ਰਸ਼ੰਸਾ ਕਰਦਾ ਹੋਇਆ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ, 18 ਤਰੀਕ ਨੂੰ ਜਦੋਂ ਵੱਡਾ ਹਮਲਾ ਇੱਥੋਂ ਦੀ ਹਕੂਮਤ ਨੇ, ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੇ ਹਜ਼ਾਰਾਂ ਦੀ ਗਿਣਤੀ 'ਚ ਪੁਲਿਸ ਚੜ੍ਹਾ ਕੇ ਪਰਚੇ ਕੱਟ ਕੇ ਸੈਂਕੜੇ ਬੰਦਿਆਂ 'ਤੇ, ਕਈਆਂ 'ਤੇ ਬਾਈ ਨੇਮ, ਕਈਆਂ 'ਤੇ ਅਣਪਛਾਤੇ, ਘਰੋ ਘਰੀ ਛਾਪਾਮਾਰੀ ਸ਼ੁਰੂ ਕੀਤੀ। 46 ਦੇ ਲਗਭਗ ਸਾਡੇ ਨੌਜਵਾਨ ਸਮੇਤ ਇੱਕ ਬੀਬੀ ਨੂੰ ਜੇਲ੍ਹ ਦੀਆਂ ਪਿੰਜਰਿਆਂ 'ਚ ਬੰਦ ਕੀਤਾ। ਤਾਂ 24 ਤਰੀਕ ਨੂੰ ਇੱਕ ਮੈਨੂੰ ਫੋਨ ਆਉਂਦਾ ਨੌਜਵਾਨ ਦਾ ਜੇਲ੍ਹ 'ਚੋਂ, ਫਿਰੋਜ਼ਪੁਰ ਦੀ ਸੈਂਟਰ ਜੇਲ੍ਹ 'ਚੋਂ, ਮਨਪ੍ਰੀਤ ਪਿੰਡ ਲੋਹਕੇ, ਸ਼ਾਇਦ ਇੱਥੇ ਵਿੱਚ ਬੈਠੇ ਹੋਣ, ਕਹਿੰਦੇ ਪ੍ਰਧਾਨ ਜੀ ਕਿਵੇਂ ਹੈ ਮੋਰਚੇ ਦਾ ਹਾਲ। ਮੈਂ ਆਖਿਆ ਵੀ ਮੋਰਚੇ ਦਾ ਹਾਲ ਬਹੁਤ ਚੜ੍ਹਦੀ ਕਲਾ 'ਚ ਹੈ, ਤੁਸੀਂ ਅੰਦਰਲਿਆਂ ਦਾ ਹਾਲ ਦੱਸੋ, ਕਿਉਂਕਿ ਅੰਦਰਲਿਆਂ ਨੂੰ ਬਾਹਰਲੀ ਸਾਰੀ ਰਿਪੋਰਟ ਨਹੀਂ ਹੁੰਦੀ, ਕਈ ਨਵੇਂ ਬੰਦੇ ਹੁੰਦੇ ਨੇ ਥੋੜ੍ਹਾ ਜਿਹਾ ਘਬਰਾ ਜਾਂਦੇ ਨੇ। ਉਹ ਕਹਿੰਦਾ ਵੀ ਅੰਦਰਲਿਆਂ ਨੂੰ ਕਾਇਮ ਰੱਖਣਾ ਮੇਰੀ ਜ਼ਿੰਮੇਵਾਰੀ ਹੈ, ਮੈਂ ਇਹਨਾਂ ਨੂੰ ਕਾਇਮ ਰੱਖੂ ਜਿੰਨਾ ਚਿਰ ਮਰਜ਼ੀ ਅਸੀਂ ਕੋਈ ਜ਼ਬਾਨ ਜ਼ਬੂਤ ਨਹੀਂ ਕਰਾਉਣੇ, ਜਿੰਨਾ ਚਿਰ ਮਰਜ਼ੀ ਸਾਨੂੰ ਅੰਦਰ ਰੱਖਣ। ਅਤੇ ਮੈਂ ਉਹਨੂੰ ਕਿਹਾ ਸੀ ਮਨਪ੍ਰੀਤ ਨੂੰ ਲੋਹਕੇ ਪਿੰਡ ਵਾਲੇ ਨੂੰ ਬਈ 24 ਤਰੀਕ ਨੂੰ 23 ਤਰੀਕ ਦੀ ਸ਼ਾਮ ਨੂੰ ਆ ਜਿਹੜੀ ਮੋਰਚਾ ਕਮੇਟੀ ਆ, ਸਾਂਝਾ ਜੀਰਾ ਮੋਰਚਾ ਕਮੇਟੀ, ਇਹਨੇ ਪਾਸ ਕਰਤਾ ਮੀਟਿੰਗ ਕਰਕੇ ਵੀ ਜੇ 27 ਤਰੀਕ ਤੱਕ ਸਾਰੇ ਬੰਦੇ, 26 ਤਰੀਕ ਦੀ ਸ਼ਾਮ ਤੱਕ ਸਾਰੇ ਬੰਦੇ ਬਿਨਾਂ ਸ਼ਰਤ ਰਿਹਾਅ ਨਾ ਕੀਤੇ ਤਾਂ ਫਿਰ 27 ਤਰੀਕ ਸਾਡੀ ਹੋਊਗੀ, ਅਸੀਂ ਇਕੱਠ ਕਰਕੇ ਸਰਕਾਰ ਦਾ ਨੱਕ 'ਚ ਦਮ ਕਰਾਂਗੇ ਅਤੇ ਤੁਹਾਨੂੰ ਛਡਾਵਾਂਗੇ, ਤੂੰ ਕਿਰਪਾ ਕਰਕੇ 27 ਤੱਕ ਇਹਨਾਂ ਨੂੰ ਕਾਇਮ ਰੱਖ। ਅਤੇ ਭਰਾਵੋ, ਤੁਹਾਡੀ ਫੈਸਲੇ ਦਾ, ਤੁਹਾਡੀ ਤਾਕਤ ਦਾ ਹੀ ਆ
ਅਸਰ ਸੀ ਸਿੱਟਾ ਸੀਗਾ ਕਿ ਵੀ 27 ਤੱਕ ਕੀ ਉਹਨਾਂ ਨੂੰ 24 ਤਰੀਕ ਦੀ ਰਾਤ ਨੂੰ ਸਾਰੇ ਬੰਦੇ ਬਿਨਾਂ ਸ਼ਰਤ ਛੱਡਣੇ ਪਏ 24 ਦੀ ਰਾਤ ਨੇ। ਮੈਂ ਉਹਨੂੰ 27 ਦਾ ਵਾਅਦਾ ਕੀਤਾ ਸੀ ਵੀ 27 ਤੱਕ ਉਡੀਕ। ਸੋ ਭਰਾਵੋ ਇਹ ਜਿੱਤਿਆ ਗਿਆ ਮੋਰਚਾ ਤਾਂ ਫਤਿਹ ਹੈ, ਸਿਰਫ ਐਲਾਨ ਹੋਣਾ ਬਾਕੀ ਰਹਿੰਦਾ। ਜਿਵੇਂ ਟੀਮਾਂ ਤੋਂ ਘੁਲਦੀਆਂ ਹੁੰਦੀਆਂ, ਦੋ ਭਲਵਾਨ ਘੁਲਦੇ ਹੁੰਦੇ ਆ ਨਾ, ਬਸ ਉਹਨਾਂ ਸਟੇਜ ਤੇ ਖੜਾ ਕੇ ਹੱਥ ਜਿਹਾ ਖੜਾ ਕਰਦੇ ਹੁੰਦੇ ਆ, ਉਹੀ ਬਾਕੀ ਰਹਿ ਗਿਆ। ਮੈਚ ਜਿੱਤਿਆ ਗਿਆ। ਜਿਹੜਾ ਇਸ ਫੈਕਟਰੀ ਦਾ ਪਿੰਡਾਂ ਵਾਲੇ ਕਹਿੰਦੇ ਤੂੰ ਤੂੰ ਊ ਸੈਰਨ ਹੁੰਦਾ, ਜਦੋਂ ਨਵੀਂ ਸ਼ਿਫਟ ਆਉਂਦੀ ਹੈ ਤਾਂ ਸੈਰਨ ਵੱਜਦਾ ਵੀ ਤਾਂ ਕਿ ਅਗਲੇ ਮਜ਼ਦੂਰ ਛੇਤੀ ਜਿਹੜੇ ਉੱਥੇ ਵਾਰ ਕੇ ਆ ਜਾਣ। ਇਹਦਾ ਤੂੰ ਤੂੰ ਤੁਸੀਂ ਬੰਦ ਕਰਾਤਾ, 24 ਜੁਲਾਈ ਤੋਂ ਤੂੰ ਤੂੰ ਬੰਦ ਹੈ, ਤੇ ਹੁਣ ਬੰਦ ਕਰਾਉਣਾ ਬਾਕੀ ਕੀ ਹੈ? ਇੱਕ ਤੂੰ ਤੂੰ ਬੰਦ ਹੋਰ ਕਰਾਉਣੇ ਹੈ। ਜਿਹੜੇ ਸਰਕਾਰ ਦੇ ਤੂੰ ਤੂੰ ਹੈ, ਜਿਹੜੇ ਇਸ ਮਲਹੋਤਰੇ ਦੀ ਫੈਕਟਰੀ ਦੇ ਤੂੰ ਤੂੰ, ਉਹਦੀ ਬੋਲੀ ਅਜੇ ਵੀ ਬੋਲੀ ਜਾਂਦੇ ਨੇ। ਟੈਕਨੀਕਲ ਮਾਹਰਾਂ ਨੇ, ਵਿਗਿਆਨੀਆਂ ਨੇ ਸਾਫ਼ ਕਰਕੇ ਦੱਸਤਾ ਵੀ ਟ੍ਰੀਟਮੈਂਟ ਪਲਾਂਟ ਹੋਣ ਤੋਂ ਬਾਅਦ ਵੀ, ਟ੍ਰੀਟ ਪਾਣੀ ਹੋਣ ਤੋਂ ਬਾਅਦ ਵੀ COD ਤੇ BOD ਨਾਲ ਦੇ ਜਿਹੜੇ ਕੈਮੀਕਲ, ਜ਼ਹਿਰੀਲੇ ਕੈਮੀਕਲ ਹੈ, ਉਹ 300 ਗੁਣਾ ਤੋਂ ਲੈ ਕੇ 500 ਗੁਣਾ ਤੱਕ ਰਹਿੰਦੇ ਨੇ ਵਿੱਚ, ਜਿਹੜੇ ਸਿਹਤ ਲਈ ਮਾਰੂ ਹੈ, ਹਾਨੀਕਾਰਕ ਹੈ। ਤੇ ਜੇ ਫਿਰ ਵੀ ਇਹਨਾਂ ਨੂੰ ਕੋਈ ਬਚਾਉਣ ਦੀ ਅਜੇ ਵੀ ਗੱਲ ਕਰ ਰਿਹਾ, ਉਹ ਸਮਝ ਲਓ ਵੀ ਤੂੰ ਤੂੰ ਹੈ ਭਰਾਵੋ। ਆਪਾਂ ਫੈਕਟਰੀ ਦਾ ਤੂੰ ਤੂੰ ਬੰਦ ਕਰਾਤਾ ਤੇ ਇਹਨਾਂ ਦਾ ਤੂੰ ਤੂੰ ਬੰਦ ਕਰਾਉਣਾ ਸਮਾਂ ਸੀਮਿਤ ਹੈ। ਸਟੇਟ ਸੈਕਟਰੀ ਖੜਾ ਹੋ ਗਿਆ, ਪਹਿਲਾਂ ਵੀ ਬਹੁਤ ਬੋਲੇ ਹੈ, ਤੇ ਮੈਂ ਅਖੀਰ ਦੇ ਵਿੱਚ ਇਹੀ ਕਹੂੰਗਾ ਵੀ ਇਹ ਫੈਕਟਰੀ ਦੀ ਲੜਾਈ ਇਕੱਲੇ ਇਲਾਕੇ ਦੀ ਲੜਾਈ ਨਹੀਂ। ਜੇ ਆਪਾਂ ਜਦੋਂ ਆਪਾਂ ਜਿੱਤ ਲਈ ਦਾ ਐਲਾਨ ਕਰਵਾਤਾ ਤਾਂ ਮੈਂ ਵਾਅਦਾ ਕਰਦਾ ਵੀ ਕਿਸੇ ਵੀ ਫੈਕਟਰੀ ਦੀ ਜੁੱਤ ਨਹੀਂ ਹੋਣੀ, ਵੀ ਉਹ ਗੰਦਾ ਪਾਣੀ ਫੈਕਟਰੀ ਹੇਠਾਂ ਧਰਤੀ 'ਚ ਸਿੱਟ ਦੇ। ਜਾਂ ਤਾਂ ਉਹਨੂੰ ਆਪਦਾ ਗਰੰਟੀ ਕਰਨੀ ਪਊਗੀ, ਲੋਕਾਂ ਨੂੰ ਦਿਖਾਉਣਾ ਪਊਗਾ ਵੀ ਸਾਡਾ ਸਾਫ਼ ਪਾਣੀ ਹੈ, ਕੋਈ ਧਰਤੀ 'ਚ ਨਹੀਂ ਜਾ ਰਿਹਾ ਗੰਦਾ ਪਾਣੀ, ਤੇ ਜਾਂ ਫਿਰ ਉਹਦੀ ਫੈਕਟਰੀ ਬੰਦ ਹੋਊਗੀ। ਇਹਨਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਪਹੁੰਚੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।